रामपुर के बच्चे जिसकी मौत हुई ना उसके बच्चे हैं, छोटे छोटे बच्चे। हाँ जी ਇੱਥੇ ਜੀ ਹੁਣੇ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਕ ਲੇਡੀ ਸੀ ਜਿਹਨੂੰ ਅਤੇ ਕੱਲ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ। ਐਕਚੁਅਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ, ਘਟਨਾ ਕੱਲ ਸ਼ਾਮ ਦੀ ਆ, ਸਾਨੂੰ ਹੁਣੇ ਮਿਲਿਆ ਖਬਰ ਤੇ ਹੁਣੇ ਮੈਂ ਇੱਥੇ ਮੌਕੇ ਤੇ ਆ ਗਿਆ। ਤੇ ਇਹ ਤੋਂ ਪਹਿਲਾਂ ਵੀ ਇਹਨਾਂ ਦੇ ਦੱਸਣ ਮੁਤਾਬਕ, ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਪਹਿਲਾਂ ਵੀ ਇੱਕ ਦੋ ਘਟਨਾਵਾਂ ਹੋਈਆਂ ਇੱਥੇ। ਦੱਸ ਲਈ ਕਿ ਦੋ ਡੈਥ ਦੱਸ ਰਹੇ ਆ ਤੇ ਇੱਕ ਕਹਿੰਦੇ ਬੱਚੇ ਡੈਥ ਹੋਈ ਕਿ? ਹਾਂਜੀ, ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਤੇ ਇੱਕ ਇਹ ਹੋਈ ਆ, ਤੇ ਅਸੀਂ ਕਰ ਰਹੇ ਹਾਂ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ। ਵਜ੍ਹਾ ਜਿਹੜੇ ਕੁੱਤੇ ਹੀ ਦੱਸ ਰਹੇ, ਕੁੱਤੇ ਮੋਲ ਉੱਤੇ ਆਵਾਰਾ ਕੁੱਤੇ ਨੇ, ਕੋਈ ਅੱਡਾ ਰੋੜੀ ਇੱਥੇ ਨੇੜੇ ਤੇ ਉੱਤੇ 15 ਵੀ ਕੁੱਤੇ ਬੈਠਦੇ ਨੇ ਤੇ ਉਹ ਅਕਸਰ ਅੱਜ ਕੱਲ ਇਨਸਾਨਾਂ ਨੂੰ ਵੱਢਣ ਲੱਗ ਪਏ ਆ, ਤੇ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ ਪ੍ਰਸ਼ਾਸਨ ਨਾਲ ਕਰਕੇ। SDM ਸਾਹਿਬ ਕੋਲ ਜਾਂਦੇ ਹਾਂ ਅਸੀਂ ਵੀ, ਪਿੰਡ ਵਾਲੇ ਵੀ ਜਾਣਗੇ, ਤੇ ਜੋ ਵੀ ਇਹਦਾ ਹੱਲ ਆਊਗਾ ਇਲਾਕਾ ਨਿਵਾਸੀਆਂ ਨੂੰ ਮੈਂ ਇਹ ਯਕੀਨ ਦਵਾਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ। ਅੱਛਾ, ਕੋਈ ਐਪਲੀਕੇਸ਼ਨ ਦਿੱਤੀ ਤੁਸੀਂ ਇਸ ਸੰਬੰਧੀ? ਅੱਜ ਇਕੱਠੇ ਹੋ ਕੇ ਤੇ ਪ੍ਰਸ਼ਾਸਨ ਨੂੰ ਮਿਲਦੇ ਆ, SDM ਸਾਹਿਬ ਨੂੰ ਤੇ DC ਸਾਹਿਬ ਨੂੰ ਮਿਲਦੇ ਆ ਅੱਜ। ਹਾਂਜੀ, ਉਹਨਾਂ ਨੂੰ ਕਹਿੰਦੇ ਆ ਵੀ ਇਹਦਾ ਜਿਹੜਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ, ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਇੱਕ ਅੱਧੇ ਦਿਨ ਦੇ ਵਿੱਚ ਹੀ ਹੱਲ ਕੀਤਾ ਜਾਵੇ। ਵੀ ਇਸ ਤੋਂ ਲੇਟ ਪਤਾ ਨਹੀਂ ਅਣਸੁਖਾਵੀਂ ਘਟਨਾ ਜਿਹੜੀ ਹੋਰ ਵਾਪਰਦੀ ਆ ਨਾ, ਇਹਦੀ ਭਰਪਾਈ ਕੋਈ ਨਹੀਂ ਹੈਗੀ ਜੀ। ਜਿੱਦਾਂ ਹੋਰ ਕਿਸੇ ਦਾ ਕੋਈ ਨੁਕਸਾਨ ਵੀ ਹੋ ਜਾਂਦਾ ਉਹਦੀ ਭਰਪਾਈ ਕਰ ਸਕਦੇ ਆ, ਪਰ ਇਸ ਚੀਜ਼ ਦੀ ਭਰਪਾਈ ਹੈ ਨਹੀਂ ਜੀ। ਇਹ ਜਿਸ ਤਰ੍ਹਾਂ ਕੁੱਤੇ ਨੇ ਖਾਧੀ, ਜਿਹੜਾ ਬੱਚਾ ਵਾ ਉਹ ਵੀ ਇਸੇ ਤਰ੍ਹਾਂ ਹੀ ਖਾਧਾ ਸੀ? ਇਸ ਤੋਂ ਵੀ ਵੱਧ ਖਾਧਾ ਸੀ, ਇਸ ਤੋਂ ਵੀ ਵੱਧ ਖਾਧਾ ਸੀ। ਤੇ ਹੋਰ ਕਿੰਨੇ? ਇੱਕ ਬੱਚਾ ਹੋ ਗਿਆ, ਹੋਰ ਕਿਹੜਾ ਸੀ? ਇੱਕ ਲੇਡੀ ਹੈ ਸਿਵਲ ਹਸਪੀਟਲ ਕਪੂਰਥਲਾ ਦੇ ਵਿੱਚ ਐਡਮਿਟ ਆ, ਉਹਦੀ ਵੀ ਹਾਲਤ ਗੰਭੀਰ ਹੀ ਆ। ਤੇ ਪ੍ਰਵਾਸੀ ਮਜ਼ਦੂਰ ਆ ਜੀ ਸਾਰੇ? ਪ੍ਰਵਾਸੀ ਮਜ਼ਦੂਰ ਆ ਸਾਰੇ। ਕਿੰਨੇ ਦਿਨਾਂ ਚ? ਇਹ 15 ਦਿਨ ਦੇ ਵਿੱਚ, 15 ਦਿਨ ਦੇ ਵਿੱਚ ਚੌਥੀ ਘਟਨਾ ਹੈ। ਚੌਥੀ ਇਹ ਕਾ ਜਿਹੜੀ ਕਿੰਨੇ ਦਿਨਾਂ ਚ? ਇੱਕ ਜੀਰੇ ਇਲਾਜ ਆ, 15 ਦਿਨ ਦੇ ਵਿੱਚ ਬਚਾਏ ਆ।